ਅਸਲਾਮੁਅਲੈਕਮ ਜਨਾਬ, ਅੱਜ ਵੀਰਾਂ ਲਈ ਇੱਕ ਪਹਿਲੇ ਬੈਡ ਲੈ ਕੇ ਹਾਜ਼ਰ ਹੋਏ ਹਾਂ। ਲੋਕੇਸ਼ਨ ਸਾਡੀ ਆਰਮਵਾਲਾ ਮੰਡੀ ਅਤੇ ਬਾਕੀ ਇੱਕ ਅਨਮੋਲ ਹੀਰਾ ਹੈ, ਜਰਸੀ ਅਤੇ ਫਰੀਜੀਅਨ ਕਰਾਸ ਹੈ। ਬਾਕੀ ਸਦਾ ਬਾਦਸ਼ਾਹ ਹੀ ਉਹ ਸੋਹਣੇ ਰੱਬ ਦੀ ਚੋਣ ਦਾ ਨਾਂ ਜਿੰਨੇ ਅਜੇ ਅਨਮੋਲ ਹੀਰੇ ਬਣਾਏ ਨੇ। ਕਈ ਮੇਰੇ ਵੀਰ ਸ਼ੌਕ ਕਰਦੇ ਨੇ ਜਰਸੀ ਬੈੜਾਂ ਦਾ, ਸਾਰੀਆਂ ਗੱਲਾਂ ਬਾਤਾਂ ਨਾਲੋਂ ਨਾਲ ਹੋਣਗੀਆਂ। ਜਿੰਨੇ ਮੇਰੇ ਵੀਰ ਮੇਰੇ ਨਾਲ ਅਟੈਚ ਨੇ, ਦੂਰ ਦਰਾਜ ਇਲਾਕਿਆਂ ਜਾਂ ਦੂਸਰੇ ਮੁਲਕਾਂ 'ਚ ਬੈਠੇ ਸ਼ੌਕ ਕਰਦੇ ਨੇ, ਉਹਨਾਂ ਨੂੰ ਅੱਛੇ ਜਾਨਵਰਾਂ ਦਾ ਸ਼ੌਕ ਕਰਵਾਈਦਾ। ਬਾਕੀ ਵੀਡੀਓ ਨੂੰ ਮੁਕੰਮਲ ਵੇਖਿਆ ਕਰੋ ਤਾਂ ਕਿ ਤੁਹਾਨੂੰ ਜਾਨਵਰ ਦੀ ਜ਼ਾਤ ਨਸਲ ਦਾ ਪਤਾ ਲੱਗੇ। ਇਨਸ਼ਾਅੱਲਾ ਤਾਲਾ ਜਿਹੜੀ ਚੀਜ਼ ਆਪਦੇ ਦਿਲ ਨੂੰ ਚੰਗੀ ਲੱਗਦੀ ਹੈ ਉਹ ਹੀ ਭਰਾਵਾਂ ਨੂੰ ਵਹਾਈਦੀ ਹੈ। ਅਤੇ ਬੈਠੇ ਸਾਂ ਜਨਾਬ, ਵੇਖ ਕੇ ਵੈੜ ਉਹਨਾਂ ਸਰੂਰ ਆਇਆ ਜਰਸੀ ਦਾ ਅਤੇ ਵਲੈਤੀ ਕਰਾਸ ਹੈ। ਅਤੇ ਇਹ ਇਹ ਗਾਈਆਂ ਨੇ ਜਿਹੜੀਆਂ ਮੈਦਾਨ ਮਾਰਦੀਆਂ ਨੇ ਅਤੇ ਜਿਹੜੀਆਂ ਦੁੱਧ ਦਾ ਰਿਕਾਰਡ ਕਰਦੀਆਂ ਨੇ। ਬਾਕੀ ਜੀ ਇਹਦੀ ਖੂਬਸੂਰਤੀ ਕਮਾਲ ਦੀ ਹੈ। ਅਤੇ ਜਟਕੇ ਬੰਦੇ ਇਹਨੂੰ ਬੋਦੀ ਵਾਲੀ ਗਾਂ ਆਖਦੇ ਨੇ, ਜਿਹੜੀ ਇਹਦੀ ਖੂਬਸੂਰਤੀ ਨੂੰ ਹੋਰ ਵਧਾਉਂਦੀ ਅੱਗੋਂ ਵੇਖਣੀ ਸਿਰ ਦੇ ਉੱਤੇ। ਅਤੇ ਬਹੁਤ ਮੋਟੀ ਅੱਖ ਹੈ, ਇੱਦਾਂ ਹੀ ਗੱਲ ਹੈ ਕਿ ਨਹੀਂ ਵੀਰੇ? ਮਾਸ਼ਾਅੱਲਾ, ਜਿੰਨੀ ਕੋਈ ਚੀਜ਼ ਇਹਨਾਂ ਸਾਫ ਸੁਥਰੀ ਤੇ ਕਮਾਲ ਦੀ ਹੈ। ਕਮਾਲ ਦੀ ਜੀ, ਕਮਾਲ। ਹਾਂਜੀ, ਗਾਂ ਵਾਕਿਆ ਠੀਕ ਹੈ ਜੀ। ਠੀਕ ਹੈ ਕਿ ਨਹੀਂ? ਫਿੱਟ ਗਾਂ ਜੀ, ਮੈਂ ਤੇ ਪਹਿਲੀ ਵਾਰ ਵੇਖੀ ਸੀ। ਪਹਿਲੀ ਵਾਰ ਵੇਖੀ ਹੈ। ਇਨਸ਼ਾਅੱਲਾ ਤਾਲਾ ਵੀਡੀਓ ਬਣਾ ਰਿਹਾ, ਬਾਕੀ ਜਿੰਨੇ ਮੇਰੇ ਵੀਰ ਵੇਖਣਗੇ ਨਾ ਉਹਨਾਂ ਨੂੰ ਸਰੂਰ ਆਵੇਗਾ। ਜਾਨਵਰ ਜਿਹੜੇ ਨਾ ਸਾਰੇ ਰੱਬ ਨੇ ਬਣਾਏ ਨੇ, ਇਹ ਵੀ ਨਾਲ ਇੱਕ ਵੈੜ ਖਲੋਤੀ ਹੈ ਅਤੇ ਇਹ ਵੀ ਵੈੜ ਖਲੋਤੀ ਹੈ। ਇਹਦੇ ਤੇ ਇਹਦੇ ਚਿਹਰੇ ਦਾ ਹੀ ਤੁਸੀਂ ਫਰਕ ਵੇਖ ਲੈਣਾ। ਐਡੀ ਐਡੀ ਮੋਟੀ ਅੱਖ ਹੈ ਅਤੇ ਪਿੱਪਲ ਦੇ ਪੱਤੇ ਰੰਗੇ ਨਿੱਕੇ ਨਿੱਕੇ ਕੰਨ ਨੇ। ਇਹ ਗਾਵਾਂ ਇੱਕ ਉਹ ਟਾਈਮ ਸੀ ਕਿ ਬਾਹਰਲੇ ਮੁਲਕਾਂ 'ਚ ਗੋਰਿਆਂ ਕੋਲ ਹੁੰਦੀਆਂ ਸਨ, ਅਤੇ ਅੱਜ ਅੱਲਾ ਪਾਕ ਨੇ ਸਾਡੇ ਪੰਜਾਬ ਨੂੰ ਵੀ ਇਹ ਬਸਤ ਲਾਏ ਨੇ ਕਿ ਇੱਥੇ ਜਿਹੜੀਆਂ ਇਹਨਾਂ ਦੇ ਜੰਮ ਪਾਲੀ ਇੱਥੋਂ ਦੇ ਨੇ। ਇਵੇਂ ਨਾ, ਇਹ ਜਿਹੜੀ ਆਪਣੀ ਵੈੜ ਹੈ ਇੱਧਰਲੀਆਂ ਗਾਈਆਂ ਦੇ ਜੰਮ ਪਾਲੇ ਕਿ ਜਹਾਜ਼ 'ਤੇ ਬਾਹਰੋਂ ਮੰਗਾਈ ਹੋ ਬੱਲੇ ਅੱਲਾ ਦੇ ਹੁਕਮ ਨਾਲ ਜਿਹੜੀਆਂ ਜਹਾਜ਼ਾਂ 'ਤੇ ਗੋਰਿਆਂ ਦੀਆਂ ਗਾਵਾਂ ਆਉਂਦੀਆਂ ਨੇ ਨਾ, ਇਨਸ਼ਾਅੱਲਾ ਤਾਲਾ ਉਹਨਾਂ ਦੇ ਮੁਕਾਬਲੇ ਕਰਨ ਵਾਲੀ ਵੈੜ ਹੈ। ਅਤੇ ਜਿਹੜਾ ਮੇਰਾ ਵੀਰ ਇਹਦੇ ਕੋਲੋਂ ਦੁੱਧ ਲੈ ਗਿਆ ਨਾ, ਕਿਧਰੇ ਯਾਦ ਕਰੇਗਾ। ਸਿਆਣੇ ਆਉਂਦੇ ਨੇ ਕਿ ਗਾਂ ਦੀ ਜਾੜ ਥੱਲੇ ਦੁੱਧ ਹੁੰਦਾ ਹੈ, ਬਹਾਨੇ 'ਚ ਨਹੀਂ ਵੀ ਉਹਦੀ ਜਾੜ ਦੇ ਥੱਲੇ। ਕਹਿਣ ਦਾ ਮਕਸਦ ਇਹ ਵੀ ਇਹਨੂੰ ਜਿਵੇਂ ਪਾਈ ਜਾ ਉਵੇਂ ਦੁੱਧ ਦਿੱਤੀ ਜਾਂਦੀ। ਕਮਾਲ ਦੀ ਖੂਬਸੂਰਤੀ ਪਹਿਲਣ ਵੈੜ ਅਤੇ ਹੁਸਨ ਅੱਲਾ ਪਾਕ ਨੇ ਇਹਨੂੰ ਸੋਹਣਾ ਦਿੱਤਾ। ਲਾਲੇ ਹੀ ਕੱਢ ਕੇ ਮਾੜੀ ਬਾਹਰ ਨੂੰ ਟੋਰੇ ਨਾ, ਹੌਲੇ ਹੌਲੇ ਟੋਰ ਕੇ ਵਹਾ, ਟੋਰ ਯਾਰ ਖੋਲ ਕੇ। ਆ ਜਾ ਤੂੰ ਹੀ ਬਹਾਣੀ ਅੱਜ ਤੈਨੂੰ, ਤੇਰੇ ਨਾਲ ਹੀ ਪਰਲੀ ਗਾ ਚੁੰਘੀ ਜਾਂਦੀ ਉਹ ਪਰਲੀ ਬੱਚੀ। ਇਨਸ਼ਾਅੱਲਾ ਤਾਲਾ ਅਸੀਲ ਏ, ਅਸੀਂ ਪਰਾਂ ਨੂੰ ਗਿੜਾ ਦੇ ਪਰਾਂ ਨੂੰ। ਬਾਕੀ ਬੜਾ ਵੱਡਾ ਕੱਦ ਏ ਪਹਿਲਣ ਵੈੜ ਦਾ, ਅਤੇ ਥੱਲੋਂ ਜਿਹੜਾ ਲਿਬਾਸ ਹੈ ਨਾ ਖਾਲਸ ਦੁੱਧ ਵਾਲਾ। ਮਾਸ਼ਾਅੱਲਾ, ਭਲਵਾਨਾ ਤਰ੍ਹਾਂ ਗਿੜ ਗਿੜ ਟੁਰਦੀ ਹੈ, ਇਹਨੂੰ ਗਿੜਾ ਦੇ ਕੇ ਲੈ ਕੇ ਆ। ਬਿਲਕੁਲ ਜੀ, ਇੱਕ ਚੱਪੇ ਦੀ ਬੂਥੀ ਏ ਜਿਹੜੀ ਇਹਦੀ ਖੂਬਸੂਰਤੀ ਨੂੰ ਹੋਰ ਵਧਾਉਂਦੀ ਏ। ਇਨਸ਼ਾਅੱਲਾ ਤਾਲਾ ਜਿਹੜੀ ਵੀ ਗੱਲ ਹੈ ਭਰਾ ਦੇ ਨਾਲ ਕਰਾਂਗੇ। ਅਤੇ ਜਿਹੜਾ ਲਿਬਾਸ ਹੈ ਨਾ ਖਾਲਸ ਦੁੱਧ ਵਾਲਾ, ਇੱਦਾਂ ਹੀ ਗੱਲ ਹੈ ਵੀਰੇ। ਥੱਲੇ ਇਹਦੇ ਕੋਲ ਵੱਛਾ ਬਹੁਤ ਵੱਡਾ ਦਿੱਤਾ ਸੀ, ਨਾੜਵਾ ਵੀ ਨਾਲ ਸਕਾਤਾ ਹੀ, ਖਬਰੇ ਦੁੱਧ ਨਹੀਂ ਪਿਆਣਾ। ਅੱਛਾ, ਚਲੋ ਕੋਈ ਨਹੀਂ, ਫਿਰ ਇਹ ਤਾਂ ਅੱਲਾ ਦੇ ਕੰਮ ਨੇ ਨਾ, ਜੋ ਵੀ ਅੱਲਾ ਪਾਕ ਨੇ ਦਿੱਤਾ ਹੈ। ਜੇ ਵੱਛੀ ਹੁੰਦੀ ਤਾਂ ਹੋਰ ਟੌਰ ਬਣ ਜਾਣੇ ਸਨ, ਇੱਦਾਂ ਹੀ ਹੈ। ਅੱਛਾ, ਇਹਦੀ ਨਸਲ ਕਿਹੜੀ ਹੈ? ਨਸਲ ਇਹਦੀ ਹੈ ਜੀ ਜਰਸੀ। ਜਰਸੀ ਤੇ ਵਲੈਤੀ ਕਰਾਸ ਹੈ ਜੀ। ਬਾਕੀ ਉਵੇਂ ਅਸੀਲ ਸਹੂ ਹੈ, ਕੋਈ ਕੌੜ ਛੋੜ ਤਾਂ ਨਹੀਂ ਕਰਦੀ? ਪਹਿਲਾਂ ਬਗੈਰ ਵਾਂਗੇ ਤੇ ਚੋਈ ਜਾਵੇ ਬੰਦਾ ਜੀ। ਅੱਛਾ, ਤਿੰਨ ਟਾਈਮ ਚੋਈ ਕਰਦੇ ਜੀ? ਤਿੰਨ ਟਾਈਮ ਕਰ ਲਈਏ ਚੋਈ। ਹਾਂਜੀ। ਅੱਛਾ, ਕਿੰਨਾ ਕੁ ਇਹਦੇ ਕੋਲ ਇਸ ਟਾਈਮ ਦੁੱਧ ਹੋਣਾ ਹੈ? ਇਸ ਟਾਈਮ ਕੱਚੀ ਸੂਈ ਬੋਲੇ 'ਚ ਹੈਗਾ 20-22 ਲੀਟਰ ਦੁੱਧ ਦੇ ਕੋਲ। 20-22 ਲੀਟਰ ਹੈਗਾ? ਹਾਂਜੀ, ਦੋ ਟਾਈਮ ਤਿੰਨ ਟਾਈਮ ਚੋਈ ਜੀ। ਚੋਈ ਕੇ ਜੀ ਇਹ ਬਾਬਾ ਪੋਲੀ ਹੈ ਕਿ ਚੋਈ ਤਾਂ ਮਾਸ਼ਾਅੱਲਾ ਟੂਵਲੀ ਆਏ। ਟੂਵਲੀ ਹੈ? ਹਾਂਜੀ। ਤੈਨੂੰ ਨਾ ਹੁਣ ਮੈਂ ਕੈਮਰੇ ਦੇ ਅੱਗੇ ਲੈ ਕੇ ਆਣਾ ਤਾਂ ਕਿ ਤੇਰਾ ਪਤਾ ਲੱਗੇ ਜਿਹੜੀ ਵੀ ਤੇਰੀ ਜੀ ਦਾ ਮੋਗੇ ਸਮਝ ਲਓ ਜੀ। ਹਾਂ, ਜਿੰਦਾਬਾਦ ਅੱਲਾ ਦੇ ਜੀ ਦਾ ਮੋਗੇ ਸਮਝ। ਅੱਛਾ,
ਅੱਲਾ ਦੇ ਹੁਕਮ ਨਾਲ ਜੀ ਥਣ ਬੜਾ ਸੋਹਣਾ ਅਤੇ ਪਾਵਰ ਵਾਲਾ ਅਤੇ ਵੰਡਾ ਸੋਹਣੀਆਂ ਨੇ ਪੂਰੀਆਂ ਅਤੇ ਇਨਸ਼ਾਅੱਲਾ ਤਾਲਾ ਹੀਰ ਹੈ ਬਹੁਤ ਹੀ ਵੀਡੀਓ ਲੰਮੀ ਨਹੀਂ ਕਰਨੀ ਹੁਣ ਸਾਹਮਣੇ ਆਪ ਦਰਗਾਹ ਦੇ ਬੈਠ ਦੇ ਨਾਲ ਆ ਬੱਚੇ ਦੇ ਕੋਲੇ ਖਲੋ ਜਾ ਇਹ ਜਨਾਬ ਇਸ ਬੰਦੇ ਦੇ ਕੋਲੇ ਅਸਲਾਮ ਵਾਲੇਕੁਮ ਅੱਛਾ ਆਪਣਾ ਕੀ ਨਾਂ ਕੀ ਤੇਰਾ ਜਵਾਨਾ ਯਾਸਰ ਕੀ ਬੈਠ ਦੇ ਰੁਪਈਏ ਲੈਣੇ ਨੇ ਕੀ ਲੇਖਾ ਲੁਖਾ ਕੀ ਲੈਣਾ ਤੇਰਾ ਭੁਲਾ ਹੋ ਜਾਵੇ ਕੜਾਕਾ ਹੀ ਕੱਢ ਦਿੱਤਾ ਪੂਰਾ ਜਿਹਾ ਮੁੱਲ ਕਰ ਜਿੰਨੇ ਦੀ ਵੇਚਣੀ ਹੈ ਸਿਹਤ ਤੇਰੀ ਸਾਢੇ ਨੌ ਲੱਖ ਦੀ ਸਿਹਤ ਤੇਰੀ ਕਮਜ਼ੋਰ ਹੈ ਤੇ ਰੁਪਈਏ ਇੰਨੇ ਇੰਨੇ ਤੂੰ ਮੰਗ ਲੈ ਨਾ ਐਵੇਂ ਕਰਿਆ ਕਰ ਸਿੱਧੀ ਜੀ ਗੱਲ ਕਰ ਜਿੰਨੇ ਦੀ ਵੇਚਣੀ ਹੈ ਅੱਛਾ ਸਿਹਤ ਲਓ ਜੀ ਮਾਸ਼ਾਅੱਲਾ ਮੇਰੇ ਵੀਰ ਨੇ ਆਖਿਆ ਜੀ 9 ਲੱਖ ਰੁਪਈਆ ਦੀ ਡਿਮਾਂਡ ਹੈ ਬਾਕੀ 9.5 ਲੱਖ ਨਹੀਂ ਡਿਮਾਂਡ ਹੈ ਵੇਚਣੀ ਕਿੰਨੇ ਦੀ ਉਹ ਗੱਲ ਕਰ ਜਿਹੜੇ ਰੁਪਈਏ ਲੈਣੇ ਨੇ ਅੱਛਾ ਆਹ ਜਿਹੜੀ ਯਾਰ ਰਾਜੀ ਹੈ ਤੇਰੇ ਤੇ ਲਓ ਜੀ ਮਾਇੰਡ ਨਹੀਂ ਕਰਨਾ ਮੇਰੇ ਵੀਰ ਨੇ ਆਵਾਜ਼ ਦਿੱਤੀ ਹੈ ਵੀ ਜੇ ਜਾ ਮਾਲ ਹੋਵੇ ਉਹ ਜਾ ਰੇਟ ਹੁੰਦਾ ਇਹ ਜਿਹੜੀ ਵੈੜ ਹੈ ਕਹਿੰਦਾ ਮੈਂ 3 ਲੱਖ ਦੀ ਦੇਣਾ ਐਵੇਂ ਅੱਛਾ ਇਹ ਵੀ ਵੈੜ ਤੇਰੇ ਕੋਲੇ ਇਹ ਵੀ ਵੈੜ ਸੋਹਣੀ ਹੈ ਬਾਕੀ ਅਸੀਂ ਤਾਂ ਭਾਈ ਐਸੇ ਤੇਰੀ ਵੈੜ ਦੇ ਆਸ਼ਕ ਆ ਤੇ ਇਹਦਾ ਰੇਟ ਸਾਨੂੰ ਮੁਨਾਸਬ ਦੱਸ ਜਿਹੜਾ ਦੱਸਣਾ ਹੀ ਹੈ ਕੋਈ ਆਵਾਜ਼ ਦੇ ਪਰ ਉਹਨੂੰ ਕੱਢੇ ਨਾ ਮੈਦਾਨ 'ਚ ਟੋਰੀ ਸੀ ਜਾ ਰਾਜੀ ਆ ਤੇਰੇ ਤੇ ਮਾਸ਼ਾਅੱਲਾ ਨਹੀਂ ਹੀਰਾ ਤੇ ਫਿਰ ਉਹਨੇ ਚ ਕਰੇ ਤੇ ਰੁਪਈਏ ਗਾਵਾਂ ਦੇ ਵਿੱਚੋਂ ਇੱਕ ਗਾਵਾਂ ਸਾਡੀ ਮਾਸ਼ਾਅੱਲਾ ਅੱਛਾ ਓਏ ਹੁਣ ਕੀ ਪਿਆਰ ਮੁਹੱਬਤ ਕੋਈ ਆਰਡਰ ਮਾੜਾ ਮੋਟਾ ਲਾ ਕੋਈ ਇੰਜ ਨਾ ਕਰ ਹੈ ਅੱਛਾ ਹਾਂ 8 ਲੱਖ ਤੂੰ ਕਰ ਲਈ ਯਾਰ ਅੱਛਾ ਤੂੰ ਕਰ ਲੈਂਗਾ ਬੰਦਾ ਬੜਾ ਸਖਤ ਹੈ ਅਸੂਲਾਂ ਦਾ ਤੂੰ ਹੈ ਕੈਦ ਆਦਮ ਤਰ੍ਹਾਂ ਤੇਰੇ ਪੱਕੇ ਅਸੂਲ ਨੇ ਮਾਸ਼ਾਅੱਲਾ ਚਲੋ ਜੀ ਅੱਲਾ ਤਾਲਾ ਬਾਕੀ ਜੀ ਮਾਸ਼ਾਅੱਲਾ ਮੇਰੇ ਭਰਾ ਸਾਰੇ ਵੇਖੀ ਜਾਂਦੇ ਨੇ ਇਸੇ ਤਰ੍ਹਾਂ ਹੀ ਮੇਲਾ ਜਿੱਥੇ ਵੀ ਖੜੋਈ ਹੈ ਇਨਸ਼ਾਅੱਲਾ ਤਾਲਾ ਲਾਤਾ ਬਾਕੀ ਜੀ ਬਿਲਕੁਲ ਜੀ ਏਦਾਂ ਹੀ ਗੱਲ ਹੈ ਵੀ ਪਤਾ ਬੁੱਕੀ ਉੱਤੇ ਧਰੇ ਤੇ ਲੁਕਦੀ ਹੈ ਨਹੀਂ ਹੁਣ 8 ਲੱਖ ਦੇ ਕੋਈ ਪਿਆਰ ਮੁਹੱਬਤ ਹੋ ਜੂਗਾ ਅੱਛਾ ਲਓ ਜੀ ਹੁਣ ਮੇਰੇ ਭਰਾ ਨੇ ਚਵਾਈ ਧਿਆਨ ਨਾ ਕਰੀ ਡਰਨਾ ਚਾਹੀਏ ਇਹੀ ਬਾਹਰ ਨੂੰ ਕਾਢੇ ਨੂੰ ਅੱਛਾ ਲਓ ਜੀ ਇਸ ਨਾਲ ਹੀ ਆਪਣੇ ਮੇਜ਼ਬਾਨ ਰਾਏ ਸਾਕਿਬ ਅਲੀ ਨੂੰ ਇਜਾਜ਼ਤ ਦਿਓ ਇੱਕ ਲਾਜਵਾਬ ਵੀਡੀਓ ਨਾਲ ਹਾਜ਼ਰ ਹੋਵਾਂਗੇ ਪਾਕਿਸਤਾਨ ਜ਼ਿੰਦਾਬਾਦ ਤੇਰਾ ਕੀ ਨਾਂ ਹੈ ਮੇਰਾ ਨਾਂ ਯਾਸਰ ਮੀਆਂ ਵੀ ਜ਼ਿੰਦਾਬਾਦ